ਆਪਾਂ ਜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਦੇਖ ਸਕਦੇ ਹਾਂ। ਇਸ ਨੂੰ 1720 ਦੇ ਵਿੱਚ ਮਹਾਰਾਜਾ ਜੈ ਸਿੰਘ ਜੀ ਨੇ ਇੱਕ ਵਾਰ ਹੀ ਚਲਾਇਆ ਸੀ ਫੋਰ ਟੈਸਟਿੰਗ। ਜਿਹੜਾ ਆਪਾਂ ਇਹ ਰਸਤਾ ਦੇਖ ਸਕਦੇ ਹਾਂ, ਇਹਦੇ ਵਿੱਚ ਜਦੋਂ ਵੀ ਪਹਿਲੀ ਬਾਰਿਸ਼ ਹੁੰਦੀ ਸੀ ਤਾਂ ਇਹ ਗੇਟ ਕਲੋਜ਼ ਹੁੰਦਾ ਸੀ ਅਤੇ ਸਾਰਾ ਪਾਣੀ ਉਸ ਜਿਹੜਾ ਆਪਾਂ ਵੱਡਾ ਜਗ੍ਹਾ ਦੇਖੀ ਆ ਉਹਦੇ ਵਿੱਚ ਸਟੋਰ ਹੋ ਜਾਂਦਾ ਸੀ, ਸਾਰਾ ਮਿੱਟੀ ਕੱਟਾ। ਜਦੋਂ ਸੈਕਿੰਡ ਬਾਰਿਸ਼ ਹੁੰਦੀ ਸੀ ਤਾਂ ਇਹ ਗੇਟ ਨੂੰ ਬੰਦ ਕਰ ਦਿੱਤਾ ਜਾਂਦਾ ਸੀ, ਜਿਹੜਾ ਅਸੀਂ ਲੋਹੇ ਦਾ ਗੇਟ ਦੇਖ ਸਕਦੇ ਹਾਂ, ਅਤੇ ਪਾਣੀ ਸਾਰਾ ਜਿਹੜਾ ਹੁੰਦਾ ਉਹ ਫਿਲਟਰ ਦੇ ਵਿੱਚ ਚਲੇ ਜਾਂਦਾ ਸੀ ਤਾਂ ਕਿ ਉਹ ਫਿਲਟਰ ਹੋ ਸਕੇ ਅਤੇ ਉਹਨੂੰ ਪੀਣ ਯੋਗ ਬਣਾਇਆ ਜਾ ਸਕੇ ਜੀ। ਹੁਣ ਆਪਾਂ ਚੱਲਦੇ ਹਾਂ ਜੀ ਅੱਗੇ। ਇਹ ਜਿਹੜਾ ਪ੍ਰੋਜੈਕਟ ਦੇਖਿਆ ਆਪਾਂ, ਇਸ ਸਮੇਂ ਵੀ ਰੀਅਲ ਲਾਈਫ ਦੇ ਵਿੱਚ ਪ੍ਰੈਕਟੀਕਲ ਹੈ ਜੀ, ਇਸ ਸਮੇਂ ਵੀ ਚੱਲਦਾ। ਅਤੇ ਹੁਣ ਆਪਾਂ ਚੱਲਦੇ ਹਾਂ ਉਸ ਜਗ੍ਹਾ ਵੱਲ ਜਿੱਥੇ ਪਾਣੀ ਨੂੰ ਫਿਲਟਰ ਕੀਤਾ ਜਾਂਦਾ ਸੀ ਅਤੇ ਪਾਣੀ ਫਿਲਟਰ ਹੋ ਕੇ ਅੱਗੇ ਪੀਣ ਯੋਗ ਲਈ ਮਤਲਬ ਬਣ ਜਾਂਦਾ ਸੀ। ਜਿਹੜਾ ਆਪਾਂ ਪਹਿਲੀ ਬਾਰਿਸ਼ ਦੀ ਗੱਲ ਕੀਤੀ ਹੈ ਉਹਦਾ ਸਾਰਾ ਪਾਣੀ ਇਸ ਜਗ੍ਹਾ ਉੱਪਰ ਆਉਂਦਾ ਸੀ, ਜਿਵੇਂ ਮੈਂ ਆਪਾਂ ਪਹਿਲਾਂ ਦੇਖਿਆ ਕਿ ਇੱਥੇ ਜਿਹੜੀ ਮੂਵੀਜ਼ ਦੀ ਸ਼ੂਟਿੰਗ ਹੋਈ ਹੈ। ਅਤੇ ਆਹ ਜਿਹੜੇ ਅਸੀਂ ਕਮਰੇ ਦੇਖ ਸਕਦੇ ਹਾਂ ਇਹਨਾਂ ਵਿੱਚ ਗਨ ਪਾਊਡਰ ਰੱਖਿਆ ਜਾਂਦਾ ਸੀ ਉਸ ਸਮੇਂ। ਇਸ ਜੈਗੜ ਫੋਰਟ ਦੇ ਵਿੱਚ ਸ਼੍ਰੀ ਬਾਲਾ ਜੀ ਦਾ ਮੰਦਿਰ ਵੀ ਬਣਿਆ ਹੋਇਆ ਜੀ, ਤੁਸੀਂ ਆਓ ਤਾਂ ਦੇਖ ਸਕਦੇ ਹਾਂ ਜੀ। ਚਾਓ ਚੱਲੀਏ ਜੀ ਅੱਗੇ। ਜਿਹੜੇ ਨਾ ਆਪਾਂ ਇਹ ਦੋ ਰੂਮ ਦੇਖ ਰਹੇ ਹਾਂ ਇਹਨਾਂ ਦੇ ਵਿੱਚ ਬਾਰੂਦ ਪਿਆ ਹੁੰਦਾ ਸੀ। ਸਰਕਾਰ ਨੇ ਉਸ ਬਾਰੂਦ ਨੂੰ ਨਸ਼ਟ ਕਰਵਾ ਦਿੱਤਾ ਸੀ ਤਾਂ ਜੋ ਕੋਈ ਉਸ ਬਾਰੂਦ ਦੀ ਦੁਰਵਰਤੋਂ ਨਾ ਕਰ ਸਕੇ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ, ਇਨਫੋਰਮੇਸ਼ਨ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਕਿਉਂਕਿ ਇਸਦੇ ਨਾਲ ਸਾਨੂੰ ਕਾਫੀ ਮੋਟੀਵੇਸ਼ਨ ਮਿਲਦਾ ਅਤੇ ਤੁਹਾਡੇ ਲਈ ਬਹੁਤ ਹੀ ਮਿਹਨਤ ਹੁੰਦੀ ਹੈ ਇੱਕ ਵੀਡੀਓ ਦੇ ਬਣਾਉਣ ਦੇ ਵਿੱਚ। ਬਹੁਤ ਬਿਹਾਈਂਡ ਦਾ ਸੀਨਸ ਅਗਰ ਤੁਸੀਂ ਦੇਖੋਗੇ ਤਾਂ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਇੱਕ ਵੀਡੀਓ ਨੂੰ ਸ਼ੂਟ ਕਰਨ ਦੇ ਵਿੱਚ। ਹੁਣ ਤੁਸੀਂ ਜਿਸ ਜਗ੍ਹਾ ਨੂੰ ਦੇਖ ਸਕਦੇ ਹੋ ਇਹ ਮੋਰਚੇ ਬਣੇ ਹੋਏ ਨੇ, ਉਸ ਸਮੇਂ ਇੱਥੇ ਸੈਨਿਕ ਬੈਠ ਕੇ ਅਟੈਕ ਕਰਦੇ ਸਨ। ਅਤੇ ਇਸ ਸਾਈਡ ਇੱਕ ਰੂਮ ਬਣਿਆ ਹੋਇਆ ਉਹਨਾਂ ਦੇ ਰੈਸਟ ਕਰਨ ਲਈ, ਅਤੇ ਇਸ ਸਾਈਡ ਮਤਲਬ ਦੋ ਟੋਟਲ ਰੂਮ ਬਣੇ ਹੋਏ ਨੇ, ਜੇਕਰ ਉਹਨਾਂ ਰੈਸਟ ਕਰਨੀ ਹੁੰਦੀ ਸੀ ਤਾਂ ਉਹ ਇੱਥੇ ਰੈਸਟ ਕਰ ਲੈਂਦੇ ਸੀ। ਜਿਹੜਾ ਪਾਣੀ ਹੁੰਦਾ ਸੀ ਉਹ ਇਸ ਕੈਨਾਲ ਵਿੱਚੋਂ ਹੁੰਦਾ ਹੋਇਆ ਉਸ ਸਕੁਆਇਰ ਸ਼ੇਪ ਦੇ ਵਿੱਚ ਚਲਾ ਜਾਂਦਾ ਸੀ। ਉਸਦੇ ਵੀ ਆਪਾਂ ਨੇੜੇ ਜਾ ਕੇ ਦੇਖਦੇ ਹਾਂ ਜੀ ਉਹਨੂੰ ਵੀ, ਅਤੇ ਸਾਈਡ 'ਤੇ ਉਹਦੇ ਖਿੜਕੀਆਂ ਵੀ ਬਣੀਆਂ ਹੋਈਆਂ ਨੇ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੇ ਜੀ। ਮੋਰਚਾ ਹੀ ਬਣਿਆ ਹੋਇਆ ਜਿਹੜੇ ਇਹਦੇ ਉੱਪਰ ਤੁਸੀਂ ਕੁੰਡੇ ਦੇਖ ਸਕਦੇ ਹੋ, ਇਹਨਾਂ ਵਿੱਚ ਜਿਹੜਾ ਕੱਪੜਾ ਟੰਗਿਆ ਜਾਂਦਾ ਸੀ ਤਾਂ ਕਿ ਗਰਮੀ ਦੇ ਵਿੱਚ ਧੁੱਪ ਨਾ ਲੱਗੇ ਅਤੇ ਠੰਡ ਦੇ ਵਿੱਚ ਠੰਡੀ ਹਵਾ ਨਾ ਲੱਗੇ ਜੀ। ਸਾਹਮਣੇ ਜੀ ਰਾਜਾ ਸਾਹਿਬ ਬੈਠਦੇ ਸੀ ਅਤੇ ਉਸ ਸਮੇਂ ਸਿਰਫ਼ ਮੌਤ ਦੀ ਸਜ਼ਾ ਹੀ ਦਿੱਤੀ ਜਾਂਦੀ ਸੀ, ਮਤਲਬ ਫਾਂਸੀ ਹੀ ਦਿੱਤੀ ਜਾਂਦੀ ਸੀ ਕੈਦੀਆਂ ਨੂੰ। ਜਿਸ ਜਗ੍ਹਾ ਉੱਪਰ ਫਾਂਸੀ ਦਿੱਤੀ ਜਾਂਦੀ ਸੀ ਉਸ ਮੌਤ ਦੇ ਕੂਏ ਨੂੰ ਆਪਾਂ ਦੇਖਦੇ ਹਾਂ ਜੀ। ਇਹ ਪੌੜੀਆਂ ਦੇ ਰਾਹੀਂ ਕੈਦੀ ਨੂੰ ਅੰਦਰ ਲਿਜਾਇਆ ਜਾਂਦਾ ਸੀ ਜੀ, ਅਤੇ ਇਹ ਬਣਿਆ ਹੋਇਆ ਜੀ ਮੌਤ ਦਾ ਖੂਹ। ਇਸ ਦੇ ਵਿੱਚ ਕੈਦੀ ਨੂੰ ਥੱਲੇ ਤੁਸੀਂ ਸ਼ਾਇਦ ਪੌੜੀਆਂ ਦੇਖ ਸਕਦੇ ਹੋ, ਉਹਨਾਂ ਪੌੜੀਆਂ ਦੇ ਵਿੱਚੋਂ ਕੈਦੀ ਨੂੰ ਲਿਜਾਇਆ ਜਾਂਦਾ ਸੀ। ਅਤੇ ਇਹ ਤੁਸੀਂ ਦੋ ਹੋਲ ਦੇਖ ਸਕਦੇ ਹੋ, ਇਹਦੇ ਵਿੱਚ ਨਾ ਰੱਸਾ ਬੰਨ ਕੇ ਕੈਦੀ ਨੂੰ ਉਹ ਥੱਲੇ ਸੈਂਟਰ ਦੇ ਵਿੱਚ ਖੜਾ ਕਰ ਦਿੰਦੇ ਸੀਗੇ, ਜਾਣੀ ਫਿਰ ਉਹਨੂੰ ਤਕਰੀਬਨ ਧਰਤੀ ਤੋਂ 4 ਫੁੱਟ ਉੱਚਾ, ਜਿਵੇਂ ਆਪਾਂ ਪਾਣੀ ਕੱਢਦੇ ਹੁੰਦੇ ਹਾਂ ਹਲਟੀ ਸਿਸਟਮ ਰਾਹੀਂ ਹੈ ਨਾ, ਖਿੱਚ ਕੇ ਪਾਣੀ ਡੋਲ ਭਰ ਕੇ, ਉਵੇਂ ਕੈਦੀ ਨੂੰ 4 ਫੁੱਟ ਉੱਚਾ ਇਹਦੇ ਵਿੱਚ ਲਟਕਾ ਦਿੱਤਾ ਜਾਂਦਾ ਸੀ। ਜਦੋਂ ਮਰ ਜਾਂਦਾ ਸੀਗਾ ਉਹਦੀ ਮੌਤ ਹੋ ਜਾਂਦੀ ਸੀ,
ਫਿਰ ਇਸੇ ਸੀੜੀਆਂ ਰਾਹੀਂ ਉਹਨੂੰ ਉੱਪਰ ਲਿਆਇਆ ਜਾਂਦਾ ਸੀ। ਇਸ ਖੂਹ ਨੂੰ ਮੌਤ ਦਾ ਖੂਹ ਕਿਹਾ ਜਾਂਦਾ ਆ ਜੀ, ਤੁਸੀਂ ਦੇਖ ਸਕਦੇ ਹੋ। ਇਹ ਪੌੜੀਆਂ ਦੇ ਰਾਹੀਂ ਜਿਹੜੇ ਆ ਕੈਦੀ ਹੁੰਦਾ ਸੀ ਉਹਨੂੰ ਬਾਹਰ, ਉਹਦੀ ਡੈੱਡ ਬੋਡੀ ਨੂੰ ਬਾਹਰ ਲਿਆਇਆ ਜਾਂਦਾ ਸੀ। ਇਸ ਸਾਈਡ ਤੋਂ ਪਾਣੀ ਆ ਜਾਂਦਾ ਸੀ ਅਤੇ ਜਿਹੜਾ ਤੁਸੀਂ ਵੱਡਾ ਖੇਤਰ ਦੇਖ ਸਕਦੇ ਹੋ ਸਕੁਆਇਰ ਫੁੱਟ ਸਕੁਆਇਰ ਦੇ ਵਿੱਚ, ਸਕੁਆਇਰ ਸ਼ੇਪ ਦੇ ਵਿੱਚ ਇਹ ਸੈਂਟਰ ਤੁਸੀਂ ਹੋਲ ਵੀ ਦੇਖ ਸਕਦੇ ਹੋ। ਉਸ ਹੋਲ ਵਿੱਚ ਜਿਹੜਾ ਚੂਨਾ ਅਤੇ ਫਟਕੜੀ ਦਾ ਘੋਲ ਪਾਇਆ ਜਾਂਦਾ ਸੀ ਤਾਂ ਕਿ ਜਿਹੜਾ ਪਾਣੀ ਹੈ ਉਹ ਫਿਲਟਰ ਹੋ ਸਕੇ। ਅਤੇ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੁੱਲ੍ਹਾ ਸਥਾਨ, ਇਹ ਨਹਾਉਣ ਦੇ ਲਈ ਸੀ। ਛੱਤ 81 ਪਿਲਰਸ 'ਤੇ ਖੜ੍ਹੀ ਹੈ ਜੀ। ਛੱਤ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਤਾਂ ਕਿ ਜਿਹੜਾ ਵਿੱਚ ਪਾਣੀ ਹੈ ਗਰਮੀਆਂ ਦੇ ਸਮੇਂ ਠੰਡਾ ਰਹਿ ਸਕੇ ਅਤੇ ਸਰਦੀਆਂ ਦੇ ਸਮੇਂ ਵਿੱਚ ਗਰਮ ਰਹਿ ਸਕੇ ਜੀ। ਬਹੁਤ ਹੀ ਵਧੀਆ ਟੈਕਨੀਕ ਉਸ ਸਮੇਂ ਯੂਜ਼ ਕੀਤੀ ਸੀ ਜੀ ਮਹਾਰਾਜਾ ਜੈ ਸਿੰਘ ਨੇ ਜੀ। ਅਤੇ ਮਹਾਰਾਜਾ ਜੈ ਸਿੰਘ ਨੇ ਤੁਸੀਂ ਸਾਹਮਣੇ ਜਿਹੜੇ ਕਮਰੇ ਦੇਖ ਸਕਦੇ ਹੋ ਇਹਨਾਂ ਵਿੱਚੋਂ ਜਿਹੜਾ ਖਜ਼ਾਨਾ ਸੀ ਉਹਨੂੰ ਕਢਾਇਆ ਅਤੇ ਜੈਪੁਰ ਸ਼ਹਿਰ ਦਾ ਨਿਰਮਾਣ ਕੀਤਾ ਜੀ। ਜੈਪੁਰ ਸ਼ਹਿਰ ਵਸਾਇਆ ਸੀ ਮਹਾਰਾਜਾ ਜੈ ਸਿੰਘ ਦੇ ਨਾਮ ਦੇ ਉਪਰ ਹੀ ਜੈਪੁਰ ਸ਼ਹਿਰ ਦਾ ਨਾਮ ਪਿਆ ਸੀ। ਮੈਂ ਕਿ ਤੁਹਾਨੂੰ ਦੱਸਿਆ ਕਿ ਫਸਟ ਬਰਸਾਤ ਦਾ ਪਾਣੀ ਜਿਹੜਾ ਗੰਦਾ ਪਾਣੀ ਹੁੰਦਾ ਸੀ ਉਹ ਦੂਸਰੇ ਪਾਸੇ ਚਲਾ ਜਾਂਦਾ ਸੀ ਅਤੇ ਸੈਕਿੰਡ ਬਰਸਾਤ ਦਾ ਪਾਣੀ ਇਸ ਕੈਨਾਲ ਤੋਂ ਹੁੰਦਾ ਹੋਇਆ ਅੱਗੇ ਜਾਂਦਾ ਸੀ ਜਿਸ ਨੂੰ ਨਹਾਉਣ ਧੋਣ ਵਾਸਤੇ ਯੂਜ਼ ਕੀਤਾ ਜਾਂਦਾ ਸੀ ਜੀ। ਅਤੇ ਆਹ ਵਾਲਾ ਲੋਹੇ ਦਾ ਗੇਟ ਬੰਦ ਹੁੰਦਾ ਸੀ। ਜਦੋਂ ਥਰਡ ਬਰਸਾਤ ਦਾ ਪਾਣੀ ਆਉਂਦਾ ਸੀ ਤਾਂ ਇਸ ਗੇਟ ਤੋਂ ਹੁੰਦਾ ਹੋਇਆ ਉਹ ਇਸ ਟੈਂਕ ਦੇ ਵਿੱਚ ਜਾਂਦਾ ਸੀ ਜਿਸ ਨੂੰ ਟਾਂਕਾ ਕਿਹਾ ਜਾਂਦਾ ਅਤੇ ਇਹਦੇ ਵਿੱਚ ਹੀ ਜਿਹੜਾ ਚੂਨਾ ਅਤੇ ਫਟਕੜੀ ਦਾ ਘੋਲ ਪਾਇਆ ਜਾਂਦਾ ਸੀ ਅਤੇ ਪਾਣੀ ਨੂੰ ਪਿਓਰੀਫਾਈ ਕੀਤਾ ਜਾਂਦਾ ਸੀ ਜੀ। ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਵੀ ਪਾਣੀ ਨੂੰ ਸ਼ੁੱਧ ਕਰਨ ਲਈ ਜਿਹੜਾ ਰੇਨ ਵਾਟਰ ਸੀ ਉਹਨੂੰ ਸ਼ੁੱਧ ਕਰਨ ਦੇ ਲਈ ਕਿੰਨੀ ਵਧੀਆ ਟੈਕਨੀਕ ਮਹਾਰਾਜਾ ਜੈ ਸਿੰਘ ਨੇ ਡਿਵੈਲਪ ਕੀਤੀ ਸੀ ਜੀ। ਇੱਥੇ ਤੁਸੀਂ ਆਓਗੇ ਤੁਹਾਡੀ ਨੌਲੇਜ ਵਿੱਚ ਕਾਫੀ ਜਿਹੜਾ ਵਾਧਾ ਹੋਏਗਾ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਉਸ ਸਮੇਂ ਵੀ ਸਾਇੰਸ ਯੂਜ਼ ਹੁੰਦੀ ਸੀ ਇਹਨਾਂ ਕੰਮਾਂ ਦੇ ਵਾਸਤੇ ਅਤੇ ਕਿੰਨਾ ਦਿਮਾਗ ਉਹਨਾਂ ਦਾ ਡਿਵੈਲਪ ਸੀਗਾ ਉਸ ਸਮੇਂ ਦੇ ਰਾਜੇ ਮਹਾਰਾਜਿਆਂ ਦਾ ਜੀ। ਮਹਾਰਾਜਾ ਜੈ ਸਿੰਘ ਜੀ ਜਿਹੜੀ ਦੂਸਰੀ ਬਰਸਾਤ ਹੁੰਦੀ ਸੀ ਉਹਦਾ ਪਾਣੀ ਇਸ ਬੋਲੀ ਦੇ ਵਿੱਚ ਇਕੱਠਾ ਹੋ ਜਾਂਦਾ ਸੀ ਜੀ। ਤੁਸੀਂ ਦੇਖ ਸਕਦੇ ਹੋ ਇਸ ਬੋਲੀ ਨੂੰ, ਸਾਹਮਣੇ ਤੁਸੀਂ ਚਾਰ ਹੋਲ ਵੀ ਦੇਖ ਸਕਦੇ ਹੋ। ਜੇਕਰ ਪਾਣੀ ਜ਼ਿਆਦਾ ਫੁੱਲ ਹੋ ਜਾਂਦਾ ਸੀ, ਮਤਲਬ ਇਹ ਵਾਲੀ ਬੋਲੀ ਫੁੱਲ ਹੋ ਜਾਂਦੀ ਸੀ ਤਾਂ ਪਾਣੀ ਅੱਗੇ ਫਲੋ ਹੋ ਜਾਂਦਾ ਸੀ, ਮਤਲਬ ਪਾਣੀ ਨੂੰ ਪਾਣੀ ਦੀ ਇੱਕ ਬੂੰਦ ਨੂੰ ਵੀ ਵੇਸਟ ਨਹੀਂ ਕੀਤਾ ਜਾਂਦਾ ਸੀ। ਹਰੇਕ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਜਿਹੜਾ ਸਾਰਾ ਪਾਣੀ ਹੈ ਉਹਦਾ ਪ੍ਰੋਪਰ ਯੂਜ਼ ਹੋ ਸਕੇ ਜੀ। ਆਪਾਂ ਸਾਹਮਣੇ ਹੋਲ ਦੇਖ ਸਕਦੇ ਹਾਂ, ਇਹ 9 ਹੋਲ ਨੇ ਜਿਨ੍ਹਾਂ ਦੇ ਵਿੱਚੋਂ ਮਹਾਰਾਜਾ ਜੈ ਸਿੰਘ ਜਿਨ੍ਹਾਂ ਦੀ ਉਸ ਸਮੇਂ ਉਮਰ 27 ਈਅਰਸ 27 ਸਾਲ ਸੀ, ਉਹਨਾਂ ਨੇ ਇਸ ਵਿੱਚੋਂ ਖਜ਼ਾਨਾ ਕੱਢਿਆ, ਜੈਪੁਰ ਸ਼ਹਿਰ ਵਸਾਇਆ ਅਤੇ 5 ਜੰਤਰ ਮੰਤਰ ਜੋ ਕਿ ਦਿੱਲੀ, ਵਾਰਾਣਸੀ, ਜੈਪੁਰ ਵਰਗੇ ਸ਼ਹਿਰਾਂ ਵਿੱਚ ਬਣੇ ਹੋਏ ਹਨ, ਇਸ ਜਗ੍ਹਾ ਤੋਂ ਅੱਜ ਵੀ ਜੀ ਮੋਟਰ ਲਗਾ ਕੇ ਪਾਣੀ ਕੱਢਿਆ ਜਾਂਦਾ ਜੀ ਯੂਜ਼ ਕਰਨ ਦੇ ਲਈ। ਪਰ ਅਗਰ ਸਫਾਈ ਦੀ ਗੱਲ ਕਰੀਏ ਤਾਂ ਇੱਥੇ ਕਾਫੀ ਜਿਹੜੀ ਸਫਾਈ ਦੀ ਲੋੜ ਹੈ ਬਹੁਤ ਹੀ ਕਮੀ ਹੈ ਇੱਥੇ ਸਫਾਈ ਦੀ, ਸਫਾਈ ਹੋਣੀ ਬਹੁਤ ਜ਼ਰੂਰੀ ਹੈ ਜੀ। ਇਹ ਜੀ ਬਰਸਾਤੀ ਪਾਣੀ ਜਿਹੜਾ ਦੱਸਿਆ ਇਹ ਹਲੇ ਵੀ ਯੂਜ਼ ਕੀਤਾ ਜਾਂਦਾ ਜੀ ਇਸ ਜਗ੍ਹਾ ਤੋਂ। ਸਾਫ਼ ਆ ਪਾਣੀ ਦੇਖੋ ਤੁਸੀਂ ਅੱਜ ਵੀ ਬਿਲਕੁਲ ਸਾਫ਼ ਵਾਟਰ ਆ ਇਹ। ਹੁਣ ਜੀ ਆਪਾਂ ਪਾਣੀ ਦੇ ਟੈਂਕੀ ਦੇਖ ਸਕਦੇ ਹਾਂ, ਤੁਸੀਂ ਇਹਨਾਂ ਨੂੰ ਪੜ੍ਹ ਵੀ ਸਕਦੇ ਹੋ।
1976 ਦੇ ਵਿੱਚ ਖਜ਼ਾਨੇ ਤਲਾਸ਼ ਵਿੱਚ ਜਿਹੜਾ ਪਾਣੀ ਸੀਗਾ ਇਸ ਗੈਲਨ ਦਾ ਉਹਨੂੰ ਖਾਲੀ ਕਰਾ ਦਿੱਤਾ ਗਿਆ ਸੀ ਅਤੇ ਜਿਹੜਾ ਸੋਨਾ ਸੀਗਾ ਸੋਨੇ ਦੀ ਭਾਲ ਦੇ ਵਿੱਚ ਅਤੇ ਤੁਸੀਂ ਇਹਦੀ ਦੇਖ ਸਕਦੇ ਹੋ ਇਹਦੀ ਲੈਂਥ ਹੈਗੀ ਹੈ 69 feet ਅਤੇ 52 feet ਇਹ ਚੌੜਾ ਅਤੇ 27 feet ਇਹ ਗਹਿਰਾ ਪੂਰਾ ਟਾਂਕਾ ਹੈ ਜੀ ਜਿਹਨੂੰ ਆਪਾਂ ਟੈਂਕ ਬੋਲ ਦਿੰਦੇ ਹਾਂ। ਇੱਕ ਤੁਸੀਂ ਹੋਰ ਗੱਲ ਦੇਖੋ ਇਹ ਆ ਉਹ ਟੈਂਕ ਤੁਸੀਂ ਪਾਣੀ ਵੀ ਦੇਖ ਸਕਦੇ ਹੋ ਵਿੱਚ ਯਾਨੀ 500 ਸਾਲ ਪਾਣੀ ਦੀ ਕਿੱਲਤ ਨਹੀਂ ਪੈਂਦੀ ਸੀਗੀ ਤੁਸੀਂ ਸਾਹਮਣੇ ਪਾਣੀ ਵੀ ਦੇਖ ਸਕਦੇ ਹੋ ਯਾਨੀ ਇੰਨਾ ਪਾਣੀ ਇਹਦੇ ਵਿੱਚ ਸਟੋਰ ਕੀਤਾ ਜਾਂਦਾ ਸੀਗਾ ਜੀ ਯਾਨੀ ਦੇਖੋ ਉਸ ਸਮੇਂ ਦੇ ਰਾਜਿਆਂ ਦੀ ਕਿੱਡੀ ਵੱਡੀ ਵਿਵਸਥਾ ਸੀ ਯਾਨੀ ਆਪਣੇ ਸੈਨਿਕਾਂ ਨੂੰ ਜਾਂ ਆਪਣੇ ਲੋਕਾਂ ਨੂੰ ਪਾਣੀ ਦੀ ਕਿੱਲਤ ਨਾ ਹੋਵੇ ਇਹ ਜੈਪੁਰ ਦਾ ਸਾਰਿਆਂ ਨਾਲੋਂ ਵੱਡਾ ਜੀ ਵਾਟਰ ਟੈਂਕ ਬਣਾਇਆ ਗਿਆ ਸੀ ਜੀ। ਵੀਡੀਓ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਜੀ ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਜੀ। ਆ ਜਾਓ ਹੁਣ ਆਪਾਂ ਚੱਲਦੇ ਹਾਂ ਸ਼ਿਲਪ ਗ੍ਰਾਮ ਉਦਯੋਗ ਆ ਜਿਹੜੇ ਰਾਜੇ ਦੇ ਟਾਈਮ ਬੰਦੇ ਵਰਕਰ ਕਰਦੇ ਕੰਮ ਕਰਦੇ ਸੀ ਰਾਜਿਆਂ ਲਈ ਸਮਾਨ ਬਣਾਉਂਦੇ ਸੀ ਜੁੱਤੀ ਵਗੈਰਾ ਕੱਪੜੇ ਵਗੈਰਾ ਉਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਰੱਖਿਆ ਗਿਆ ਆ। ਅੱਜ ਵੀ ਜਿਹੜੀ ਆਪਾਂ ਟਿਕਟ ਲੈਂਦੇ ਹਾਂ ਉਹਦੇ 50 rupees ਅੱਜ ਵੀ ਇਹਨਾਂ ਬੰਦਿਆਂ ਨੂੰ ਜਾਂਦੇ ਨੇ ਜੀ ਅਤੇ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਜੀ ਇਹ ਅੰਦਰ ਕੈਮਰਾ ਅਲਾਊਡ ਨਹੀਂ ਹੈਗਾ ਜੀ ਅੰਦਰ ਆਪਾਂ ਵੀਡੀਓ ਬਣਾ ਨਹੀਂ ਸਕਦੇ। ਆ ਜਾਓ ਦੇਖਦੇ ਹਾਂ ਆਪਾਂ ਚੱਲ ਕੇ ਇਹਨੂੰ ਅੰਦਰ ਤੋਂ ਜੀ ਆਪਾਂ ਜੀ ਜੈਗੜ ਫੋਰਟ ਦੇ ਸ਼ਿਲਪ ਗ੍ਰਾਮ ਉਦਯੋਗ ਨੂੰ ਵਿਜ਼ਿਟ ਕਰ ਲਿਆ। ਜੇਕਰ ਤੁਸੀਂ ਜੈਗੜ ਫੋਰਟ ਵਿੱਚ ਉਹਨਾਂ ਦੀ ਸਵਾਰੀ ਕਰਨੀ ਹੈ ਤਾਂ ਉਹਨਾਂ ਦੀ ਸਵਾਰੀ ਵੀ ਕਰ ਸਕਦੇ ਹੋ ਜੀ। ਸਾਹਮਣੇ ਜੀ ਜੈਗੜ ਰੈਸਟੋਰੈਂਟ ਬਣਿਆ ਹੋਇਆ ਜੈਗੜ ਕਿਲ੍ਹੇ ਦੇ ਨਾਮ ਉੱਪਰ ਜਿੱਥੇ ਆਪਾਂ ਕੁਛ ਟਾਈਮ ਬੈਠ ਕੇ ਰਿਲੈਕਸ ਕਰ ਸਕਦੇ ਹਾਂ ਜੀ। ਆਪਾਂ ਚੱਲਦੇ ਹਾਂ ਜੀ ਇਸ ਤਰਫ ਮਹਿਲ ਕੀ ਦਰਸ਼ਨੀਯ ਸਥਾਨ ਜੇਕਰ ਤੁਸੀਂ ਰਾਜਸਥਾਨੀ ਡਰੈਸ ਪਵਾ ਕੇ ਆਪਣੀ ਫੋਟੋ ਕਲਿੱਕ ਕਰਵਾਉਣੀ ਹੋਵੇ ਤਾਂ ਉਹ ਵੀ ਇਸ ਜਗ੍ਹਾ ਤੋਂ ਕਰਵਾ ਸਕਦੇ ਹੋ ਜੀ। ਜਲੇਬੀ ਚੌਂਕ ਬਣਿਆ ਹੋਇਆ ਜਿੱਥੇ ਪਰੇਡ ਹੁੰਦੀ ਸੀ ਜੀ ਉਸ ਟਾਈਮ ਦੇ ਵਿੱਚ। ਸਾਹਮਣੇ ਹੈ ਜੀ ਟੈਂਪਲ ਅਤੇ ਇੱਧਰ ਆ ਆਰਮਰੀ ਸ਼ਾਸਤਰਗਾਰ। ਚੱਲਦੇ ਹਾਂ ਜੀ ਆਪਾਂ ਇਸ ਦੇ ਅੰਦਰ ਮਿਊਜ਼ੀਅਮ ਹੈ ਜੀ ਇੱਕ ਤਰ੍ਹਾਂ ਦਾ ਇਹ ਜੀ ਤੋਸ਼ਾਖਾਨਾ ਬਣਿਆ ਹੋਇਆ ਜਿਹੜਾ ਤੁਪ ਦੇ ਵਿੱਚ ਗੋਲਾ ਪੈਂਦਾ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਇਸ ਲਈ ਬਣੇ ਰਹੋ ਸਾਡੇ ਨਾਲ। ਜਿਹੜੀ ਆਪਾਂ ਬਾਦਸ਼ਾਹ ਮੂਵੀ ਦੇਖੀ ਹੈ ਜੇਕਰ ਤੁਸੀਂ ਨਹੀਂ ਦੇਖੀ ਤਾਂ ਉਹਨੂੰ ਜਾ ਕੇ ਜ਼ਰੂਰ ਦੇਖਿਓ ਜੀ ਉਹਦੀ ਸ਼ੂਟਿੰਗ ਵੀ ਇਸ ਜੈਗੜ ਫੋਰਟ ਦੇ ਵਿੱਚ ਹੋਈ ਹੋਈ ਹੈ ਜੀ। ਜਿਹੜੀ ਆਪਾਂ ਦੁਨੀਆ ਸਭ ਤੋਂ ਵੱਡੀ ਤੋਪ ਦੇਖੀ ਸੀ ਉਹਦਾ ਇਹ ਗੋਲ ਹੈ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ ਤੇ ਇਹ ਤੀਰ ਨੇ ਜੀ ਟੈਂਪਲ ਸ਼੍ਰੀ ਰਾਮਾ ਹਰੀ ਹਰ ਜੀ। ਉਸ ਸਾਈਡ ਹੈ ਜੀ ਸ਼੍ਰੀ ਕਾਲ ਭੈਰਵ ਜੀ ਦਾ ਮੰਦਿਰ ਜੀ ਇਸ ਸਾਈਡ ਤੋਂ
ਜੇਕਰ ਆਪਾਂ ਜਾਣਾ ਹੋਵੇ ਤਾਂ ਜਾ ਸਕਦੇ ਹਾਂ ਜੀ। ਇਸੇ ਵਿੱਚ ਹੀ ਦਾਰੂ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਜੀ, ਸ਼ਰਾਬ ਚੜ੍ਹਾਈ ਜਾਂਦੀ ਹੈ ਜੀ। ਸ਼੍ਰੀ ਅਕਾਲ ਭੈਰਵ ਜੀ ਰੋ ਜੀ, ਆਓ ਚੱਲਦੀ ਹੈ ਜੀ। ਹੁਣ ਆਪਾਂ ਸ਼੍ਰੀ ਅਕਾਲ ਭੈਰਵ ਜੀ ਦੇ ਮੰਦਿਰ ਦੇ ਦਰਸ਼ਨ ਕਰਦੇ ਹਾਂ ਜੀ। ਮੰਦਿਰ ਦੇ ਸਾਹਮਣੇ ਜੀ ਬਹੁਤ ਹੀ ਸੋਹਣਾ ਗਾਰਡਨ ਜਿਹਾ ਬਣਿਆ ਹੋਇਆ ਜੀ, ਤੁਸੀਂ ਦੇਖ ਸਕਦੇ ਹੋ। ਆਓ ਜੀ ਹੁਣ ਚੱਲਦੇ ਹਾਂ ਮਹਿਲ ਖੇਤਰ ਦੇ ਅੰਦਰ, ਅਤੇ ਅੰਦਰ ਹੀ ਬਣਿਆ ਹੋਇਆ ਜੀ ਸੁਬਤ ਨਿਵਾਸ। ਆਓ ਜੀ ਹੁਣ ਆਪਾਂ ਉੱਧਰ ਪੁਰਾਣਾ ਜਿਹੜਾ ਸਮਾਨ ਸਾਂਭ ਕੇ ਰੱਖਿਆ ਹੋਇਆ ਉੱਧਰ ਦੇਖਦੇ ਹਾਂ ਜੀ। ਉਹਨੂੰ ਸਾਹਮਣੇ ਤੁਸੀਂ ਨਗਾਰੇ ਦੇਖ ਸਕਦੇ ਹੋ ਜੀ, ਇੱਧਰ ਕੂਲਰ ਪਏ ਨੇ ਪੁਰਾਣੇ ਸਮਾਨ ਸਮੇਂ ਦੇ। ਇਹ ਰਾਜਾ ਸਾਹਿਬ ਦੀ ਪਾਲਕੀ ਹੁੰਦੀ ਸੀ ਬੈਠਣ ਲਈ। ਆਪਾਂ ਸਭ ਨੇ ਮਿਲ ਕੇ ਦੇਖ ਲਿਆ ਹੈ ਜੈਗੜ ਫੋਰਟ ਨੂੰ, ਦੁਨੀਆ ਦੀ ਸਭ ਤੋਂ ਵੱਡੀ ਕੈਨਨ ਵੀ ਆਪਾਂ ਦੇਖ ਲਈ ਹੈ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ। ਅਗਲੀ ਵੀਡੀਓ ਦੇ ਵਿੱਚ ਆਪਾਂ ਵਿਜ਼ਿਟ ਕਰਾਂਗੇ ਨਵੇਂ ਫੋਰਟ ਨੂੰ, ਨਵੀਂ ਪਲੇਸ ਨੂੰ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ, ਇਸ ਪੂਰੇ ਪਲੇਲਿਸਟ ਦੇ ਵਿੱਚ ਬਣੇ ਰਹੋ ਜੀ ਜੈਪੁਰ ਦੇ ਵਿੱਚ। ਤਦ ਤੱਕ ਲਈ ਜੀ ਬਾਏ। ਇੱਧਰੋਂ ਹੁੰਦੀ ਹੈ ਜੀ ਨਾਹਰਗੜ੍ਹ ਫੋਰਟ ਵਿੱਚ ਐਂਟਰੈਂਸ। ਚੱਲਦੇ ਹਾਂ ਜੀ ਆਪਾਂ ਨਾਹਰਗੜ੍ਹ ਫੋਰਟ ਦੇ ਅੰਦਰ ਐਂਟਰ ਹੁੰਦੇ ਹਾਂ।